ਗਿੱਪੀ ਗਰੇਵਾਲ ਜੋ ਕਿ ਪੰਜਾਬੀ ਅਤੇ ਹਿੰਦੀ ਦੋਵਾਂ ਵਿੱਚ ਹੀ ਆਪਣਾ ਡੈਬਿਊ ਕਰ ਚੁੱਕੇ ਹਨ, ਉਹਨਾਂ ਨੇ ਪੰਜਾਬੀ ਇੰਡਸਟਰੀ ਦੀ ਗਰੋਥ ਤੇ ਖੁਸ਼ੀ ਪ੍ਰਗਟ ਕੀਤੀ। ਪੰਜਾਬੀ ਇੰਡਸਟਰੀ ਦੀ ਹੋ ਰਹੀ ਗਰੋਥ ਤੇ ਪ੍ਰਸ਼ਨ ਪੁੱਛੇ ਜਾਣ ਤੇ ਉਹਨਾਂ ਨੇ ਕਿਹਾ ਕਿ ਜਿਵੇਂ ਬਾਲੀਵੁੱਡ ਵਿੱਚ ਵੀ ਕਈ ਫਿਲਮਾਂ 50 ਕਰੋੜ ਕ੍ਰੋਸ ਕਰ ਜਾਂਦੀ ਹੈ, ਉਸ ਨੂੰ ਸੁਪਰ ਹਿੱਟ ਕਿਹਾ ਜਾਂਦਾ ਹੈ। ਇਸ ਕਰਕੇ ਹੁਣ ਪੰਜਾਬੀ ਇੰਡਸਟਰੀ ਵਿੱਚ ਵੀ ਬਹੁਤ ਸਾਰੀਆਂ ਫਿਲਮਾਂ ਨੇ ਬਜਟ ਕ੍ਰੋਸ ਕਰਕੇ ਵੱਧ ਵਿਕਾਸ ਕਰ ਲਿਆ ਹੈ। ਉਹਨਾਂ ਦਾ ਮੰਨਣਾ ਹੈ ਕਿ ਜੇ ਆਪਾਂ ਹੋਰ ਮਿਹਨਤ ਕਰਾਂਗੇ ਤਾਂ ਬਿਜ਼ਨਸ ਦਾ ਵਿਕਾਸ ਹੋਵੇਗਾ ਤੇ ਇਸ ਦੇ ਨਾਲ ਕੰਮ ਵਧੇਗਾ ਤੇ ਰੋਜ਼ਗਾਰੀ ਵੀ ਚੰਗੀ ਹੋਵੇਗੀ। ਉਹਨਾਂ ਨੇ ਆਪਣੇ ਆਪ ਨੂੰ ਪੰਜਾਬੀ ਫਿਲਮ ਇੰਡਸਟਰੀ ਦਾ ਹਿੱਸਾ ਮੰਨਦੇ ਹੋਏ ਆਪਣੀ ਖੁਸ਼ਕਿਸਮਤੀ ਸਮਝੀ। ਇਸ ਸਾਲ ਵਿੱਚ ਆਈ ਉਹਨਾਂ ਦੀ ਫਿਲਮ ਮੰਜੇ ਬਿਸਤਰੇ ਪਹਿਲੇ ਨੰਬਰ ਤੇ ਰਹੀ। ਫੋਰ ਮੋਰ ਬਾਲੀਵੁੱਡ ਐਂਡ ਪੋਲੀਵੁੱਡ ਅਪਡੇਟ ਸਬਸਕ੍ਰਾਈਬ ਆਰ ਚੈਨਲ ਸਵੇਰਾ ਸਟਾਰਟਾਕਸ।